ਬਾਬਾ ਨਹਾ ਹੀ ਲੈ, ਨਹਾ ਲੈ ਤੂੰ ਕਿਹੜਾ ਮਰ ਚੱਲਣ ਆਇਆ। ਦੇਖਿਆ ਜੀ ਆਜ ਗਰਮੀ ਬੜੀ ਸ਼ਦੀਦ ਹੈ, ਆਰਾਮ ਲਗਾ ਰਹੇ ਜੀ, ਪਾਣੀ ਟਿਊਬਲ ਚਲਾਇਆ ਹੋਇਆ ਜੀ, ਔਰ ਦੇਖਿਆ ਪਿੱਛੇ ਬਾਬਾ ਜਾਨ ਜੋ ਹੈ ਉਹ ਪੀੜੀਆਂ 'ਚ ਪਾਣੀ ਉਹ ਨਜ਼ਰ ਆ ਰਿਹਾ ਜੀ, ਔਰ ਆਪ ਹਮਾਰੀ ਵੀਡੀਓ ਸਾਰੀ ਦੇਖਿਆ ਜੀ, ਔਰ ਚੈਨਲ ਕੋ ਕਰ ਦੇਂਗੇ ਪਲੀਜ਼ ਸਬਸਕ੍ਰਾਈਬ। ਉਹ ਬਾਬਾ ਨਹਾ ਹੀ ਲੈ, ਨਹਾ ਲੈ ਤੂੰ ਕਿਹੜਾ ਮਰ ਚੱਲਣ ਆਇਆ। ਅੱਛਾ ਸਰਦੀ ਲੱਗਦੀ ਬਾਬੇ ਨੂੰ, ਅਸਲ 'ਚ ਪਾਣੀ ਦਾ ਪ੍ਰੈਸ਼ਰ ਵੀ ਤਾਂ ਬਹੁਤ ਜ਼ਿਆਦਾ ਹੈ ਨਾ। ਹਾਂਜੀ ਇਹ ਦੇਖੇ ਜੀ ਹਮਾਰੇ ਗਾਓਂ ਕਾ ਮਾਹੌਲ ਜੀ, ਔਰ ਇਹ ਹੈ ਜੀ ਹਮਾਰਾ ਗ੍ਰੀਨ ਚਾਰਾ ਜੀ, ਜੋ ਹਮ ਗਾਈਆਂ ਆਪਣੀਆਂ ਕੋ ਡਾਲਤੇ ਹੈ, ਔਰ ਬੱਕਰੀਆਂ ਕੇ ਲਈ ਯਹਾਂ ਲਗਾ ਰਹੇ ਹੈ ਜੀ, ਹਮ ਜੈਂਤਰ ਲਗਾਏਂਗੇ ਜੀ, ਲੇਕਿਨ ਇਹ ਜ਼ਰਾ ਲੇਟ ਜੈਂਤਰ ਉੱਗੇਗਾ ਕਿਉਂਕਿ ਹਮ ਇਸਕੀ ਕਾਸ਼ਤ ਜ਼ਰਾ ਲੇਟ ਕਰ ਰਹੇ ਹੈ ਜੀ, ਠੀਕ ਹੈ। ਔਰ ਸਾਹਮਣੇ ਚੱਲ ਰਿਹਾ ਜੀ ਟਿਊਬਵੈਲ, ਔਰ ਡਾਂਸ ਕਰਨ ਲੱਗੇ ਹੋ? ਅੱਛਾ ਹਾਂਜੀ, ਯਹਾਂ ਸੇ ਹਮ ਲੈ ਕੇ ਜਾਤੇ ਹੈ ਜੀ ਆਪਣਾ ਗ੍ਰੀਨ ਚਾਰਾ, ਇਹ ਸਾਰਾ ਜੋ ਲੱਗਾ ਹੋਇਆ ਜੀ, ਔਰ ਮਾਸ਼ਾਅੱਲਾ ਆਜ ਮੌਸਮ ਬਹੁਤ ਪਿਆਰਾ ਜੀ, ਸੁਹਾਣਾ ਮੌਸਮ ਹੈ ਮਾਸ਼ਾਅੱਲਾ ਬੜਾ ਪਿਆਰਾ, ਔਰ ਟਿਊਬਵੈਲ ਚੱਲ ਰਿਹਾ ਜੀ, ਗਰਮੀ ਵੈਸੇ ਬੜੀ ਸ਼ਦੀਦ ਹੈ ਜੀ, ਔਰ ਅਗਰ ਆਪ ਲੋਕੋ ਨੇ ਪਾਣੀ ਲਗਾਉਣਾ ਹੋ ਤਾਂ ਪਾਣੀ ਲਗਾਉਣੇ ਕਾ ਬੈਸਟ ਟਾਈਮ ਜੋ ਹੈ ਵੋ ਫਸਲ ਕੋ ਸ਼ਾਮ ਕੋ ਹੋਤਾ ਜੀ। ਇਹ ਦੇਖਣ ਜੀ ਗਾਓਂ ਕੇ ਲੜਕੇ ਆ ਗਏ ਜੀ ਟਿਊਬਵੈਲ ਕੇ ਉੱਪਰ ਨਹਾਣੇ ਕੇ ਲੀਏ, ਆਹਿਸਤਾ ਆਹਿਸਤਾ ਜੀ ਹਜੂ ਹਮ ਬੜਤਾ ਜਾਣਾ, ਫ੍ਰੀ ਮੇਂ ਜੇ ਨਹਾ ਰਹੇ ਹਾਂ ਜੀ। ਆਹ ਵੇਖ ਇੱਕ ਆ ਰਹੀ ਪੱਲੂ, ਇਹਨੇ ਵੀ ਕਮੀਜ਼ ਲਾ ਦਿੱਤੀ ਆ, ਬੱਲੇ ਬੱਲੇ ਤੇਰੇ, ਹੈ ਹੁਣ ਲਾਉਣ ਲੱਗਾ ਜੇ ਟੁੱਬੀ, ਵੇਖੋ ਇਹਨੂੰ। ਓ ਇੱਕ ਵਿੱਚ ਗਿਆ ਜੇ, ਵਾਲੇਕੁਮ ਅਸਲਾਮ। ਹਾਂਜੀ ਆ ਜਾ ਰਹੀਆਂ ਜੀ ਮੱਕੀ ਚੀਨੀ ਬੱਕਰੀਆਂ ਜੀ, ਸਾਡੇ ਵੀ ਲੋਕ 'ਚ ਬੱਕਰੀਆਂ ਲਾਜ਼ਮੀ ਆ ਜਾਂਦੀਆਂ ਨੇ, ਪਤਾ ਨਹੀਂ ਕੀ ਗੱਲ ਹੈ ਕਿ ਨਾ ਵੀ ਚਾਹੀਏ ਤਾਂ ਫਿਰ ਵੀ ਆ ਜਾਂਦੀਆਂ ਨੇ। ਹਾਂਜੀ ਇਹ ਦੇਖੇ ਜ਼ਰਾ, ਬਾਬਾ ਆਪਣੇ ਕੱਪੜੇ ਵੀ ਨਾਲ ਨਾਲ ਧੋਈ ਜਾ ਰਿਹਾ। ਇਹ ਜੀ ਨਿਊ ਹੋਲੈਂਡ ਕੰਪਨੀ ਦਾ ਟਰੈਕਟਰ ਹੈ ਜੀ 480, ਔਰ ਇਹ ਚੱਲਦਾ ਜੀ ਟਿਊਬਵੈਲ। ਬੱਕਰੀਆਂ ਵਾਲੇ ਸਾਨੂੰ ਸਲਾਮ ਕਰ ਕਰ ਜਾ ਰਹੇ ਨੇ ਜੀ, ਪਾਣੀ ਹਮਾਰਾ ਲੱਗ ਰਿਹਾ ਜੀ, ਆਪ ਚੈੱਕ ਕਰ ਰਹੇ ਜੀ ਹਮਾਰਾ ਟਿਊਬਵੈਲ ਜੀ,
ਔਰ ਟਰੈਕਟਰ ਲਗਾ ਕੇ ਹਮ ਟਿਊਬਵੈਲ ਚਲਾ ਰਹੇ ਹਾਂ ਜੀ, ਔਰ ਲਗਾ ਰਹੇ ਹਾਂ ਜੀ ਆਪਣੇ ਗ੍ਰੀਨ ਚਾਰੇ ਕੋ ਜੀ ਪਾਣੀ, ਕਿਉਂਕਿ ਬਾਰਿਸ਼ ਸ਼ਾਰਿਸ਼ ਨਹੀਂ ਹੋਈ ਜੀ, ਔਰ ਪਾਣੀ ਕਾ ਕਾਫੀ ਮਹਿੰਗਾ ਰੇਟ ਹੈ ਹਮਾਰੇ ਇਲਾਕੇ ਮੇਂ ਜੀ। ਯਹਾਂ ਚੱਲ ਰਿਹਾ ਜੀ ਹਮ ਦੇ ਰਹੇ ਹਾਂ 2,500 ਰੁਪਇਆ ਪਰ ਘੰਟਾ ਜੀ ਟਿਊਬਵੈਲ ਚਲਾਉਣੇ ਕਾ ਜੀ, ਟਰੈਕਟਰ ਵੀ ਉਨਕਾ ਜੀ, ਔਰ ਕਿਆ ਹੋਤਾ ਹੈ ਡੀਜ਼ਲ ਸ਼ੀਜ਼ਲ ਸਾਰਾ ਕੁਛ ਹੀ ਯੂਨੀਕ ਹੈ ਜੀ, ਬਸ ਸਮੇਂ ਉਹਨਾਂ ਨੇ ਪਾਣੀ ਦੇਣਾ ਜੀ। ਔਰ ਜੋ ਲੋਕ ਨਹਾ ਰਹੇ ਹਾਂ ਜੀ ਉਹ ਵੀ ਫਰੀ ਆਫ ਕੋਸਟ ਨਹਾ ਰਹੇ ਹਾਂ ਜੀ, ਬੇਸ਼ੱਕ ਮੈਂ ਵੀ ਨਹਾ ਲੂੰ ਲੇਕਿਨ ਮੇਰੇ ਪਾਸ ਉਹ ਵੀ ਡਰੈਸ ਨਹੀਂ ਹੈ ਨਹਾਉਣ ਵਾਲਾ, ਇਸ ਲਈ ਮੈਂ ਨਹੀਂ ਨਹਾ ਰਿਹਾ ਜੀ। ਜੀ ਮੈਂ ਚੈੱਕ ਕਰਕੇ ਆਤਾ ਹੂੰ ਜੀ ਕਿ ਪਾਣੀ ਉਸਨੇ ਹਮਾਰੀ ਤਰਫ ਮੋੜਾ ਕਿ ਨਹੀਂ ਮੋੜਾ। ਮੈਂ ਕਿਤੇ ਆ ਵੀ ਨਾ ਡਿੱਗ ਜਾਂ ਕਿਨਾਰੇ 'ਤੇ ਚੱਲਦਾ ਚੱਲਦਾ। ਜੀ ਦੇਖਦੇ ਹਾਂ ਜਾ ਕੇ ਅੱਗੇ ਜਾ ਕੇ ਪਾਣੀ ਕਿਸ ਤਰਫ ਕੋ ਜਾ ਰਿਹਾ ਜੀ। ਦੇਖੋ ਜੀ ਬੜਾ ਖੱਡਾ ਆ ਗਿਆ ਜੀ, ਜਾਂ ਕੋਈ ਸਨੇਕ ਬੜਾ ਸਾਰਾ ਸਾਂਪ ਵੀ ਆ ਸਕਦਾ ਜੀ। ਇਹ ਦੇਖਿਆ ਜੀ ਮੋਰੇ ਆ ਸਾਂਪ ਕੇ ਜੀ, ਜਾਂ ਸਾਂਪ ਰਹਿਤੇ ਹੈ ਜੀ, ਬੜੇ ਬੜੇ ਪੁਰਾਣੇ ਜ਼ਮਾਨੇ ਕੇ ਸਾਂਪ। ਹਾਂ ਪਾਣੀ ਆਪਣੇ ਵੱਲ ਮੋੜਿਆ ਕਿ ਨਹੀਂ ਅਜੇ? ਅੱਛਾ ਅਜੇ ਆਪਣਾ ਪਾਣੀ ਸ਼ੁਰੂ ਨਹੀਂ ਹੋਇਆ? ਹਾਂਜੀ ਹਜੇ ਜੀ ਸਾਡਾ ਪਾਣੀ ਸ਼ੁਰੂ ਨਹੀਂ ਹੋਇਆ, ਹਜੇ ਪਾਣੀ ਲੱਗ ਰਿਹਾ ਲੋਕਾਂ ਦਾ ਜੀ। ਇੱਥੇ ਪਾਣੀ ਦੀ ਸਪੀਡ ਤੇਜ਼ ਲੱਗ ਰਹੀ ਹੈ ਨਾ। ਪਾਣੀ ਦੀ ਆਵਾਜ਼ ਚੈੱਕ ਕਰ ਗਿਆ ਪਈ ਹੈ ਤੁਹਾਨੂੰ ਕਹੀ ਜੀ। ਇੱਥੇ ਵੈਸੇ ਪਾਣੀ ਸਾਫ਼ ਹੈ, ਇੱਥੇ ਬਹਿ ਕੇ ਨਹਾਉਣਾ ਚਾਹੀਦਾ ਨਾ। ਮੈਨੂੰ ਕੱਚਾ ਲਾ ਕੇ ਉਹਨਾਂ ਨੂੰ ਨਹਾ, ਫਿਰ ਮੈਂ ਵੀ ਲੈਣਾ ਸੀ। ਇੰਨਾ ਮਹਿੰਗਾ ਟਿਊਬਵੈਲ ਚਲਾ ਕੇ ਅਸੀਂ ਲੋਕਾਂ ਨੂੰ ਨਵਾਉਣ ਡਏ ਹਾਂ, ਖੁਦ ਅਸੀਂ ਉਵੇਂ ਬੈਠੇ ਹਾਂ। ਅੱਛਾ ਜੀ ਇਹ ਸ਼ਤੂਤ ਲੱਗਿਆ ਜੀ, ਇੱਥੇ ਸ਼ਤੂਤ ਲੱਗੇ ਨਹੀਂ ਹੈ, ਸਾਡੀ ਵਾਰੀ ਆਈ ਹੈ ਤਾਂ ਖਾਲੀ ਮੁੱਕ ਗਿਆ ਜੀ। ਚਲੋ ਜੀ ਆਪ ਲੋਕਾਂ ਨੇ ਜੀ ਹਮਾਰਾ ਗ੍ਰੀਨ ਚਾਰਾ ਦੇਖ ਲਿਆ ਜੀ, ਹਮਨੇ ਚਲਾਇਆ ਹੋਇਆ ਜੀ ਟਿਊਬਵੈਲ ਅੱਜ, ਔਰ ਹਮਾਰਾ ਟਿਊਬਵੈਲ ਚੱਲ ਰਿਹਾ, ਆਪਣੇ ਬੜਾ ਖੂਬਸੂਰਤ ਨਜ਼ਾਰਾ ਦੇਖਿਆ ਜੀ। ਬੰਡਲ ਆਫ ਥੈਂਕਸ ਆਪ ਲੋਕਾਂ ਕਾ ਜੀ, ਆਪ ਲੋਕਾਂ ਨੇ ਹਮਾਰੀ ਵੀਡੀਓ ਦੇਖੀ ਹੈ, ਅਗਰ ਅੱਛੀ ਲੱਗੇ ਤਾਂ ਆਪ ਲੋਕਾਂ ਨੇ ਕਮੈਂਟ ਲਾਜ਼ਮੀ ਕਰਨਾ ਹੈ, ਔਰ ਚੈਨਲ ਕੋ ਪਲੀਜ਼ ਕਰ ਦੇ ਜੀ ਸਬਸਕ੍ਰਾਈਬ। ਮੈਂ ਆਪਸੇ ਆਪਣੀ ਜ਼ਾਤੀ ਲਾਈਫ ਔਰ ਆਪਣੇ ਫਾਰਮ ਕੀ ਲਾਈਫ ਸ਼ੇਅਰ ਕਰਤਾ ਹੂੰ ਜੀ। ਥੈਂਕ ਯੂ, ਅੱਲਾ ਹਾਫਿਜ਼।